अजस्थान लेके चल रहे हैं चौहान गोल्ड ऑर्नामेंट्स, जो कि नियर पुलिस स्टेशन कोट रोड पट्टी भी स्थित है। इत्थे गोल्ड ज्वेलरी, डायमंड ज्वेलरी, सिल्वर ज्वेलरी, प्लैटिनम इटालियन ज्वेलरी मौजूद है। इत्थों दी ज्वेलरी बहुत ही वधिया क्वालिटी दी अते वाजिब दामां ते मौजूद है। दूरों दूरों ग्राहक इत्थे पहुंचदे हन ते इत्थे ज्वेलरी खरीददे हन। साडी टीम ने इत्थे ग्राहकां नाल गलबात कीती जिन्हां ने चौहान की बेहद तारीफ की। इत्थे 22-23 कैरेट केडियम हॉलमार्क से सोने चांदी प्लैटिनम और डायमंड के गहने मिलते हैं। साइड टीम ने इसके ऑनर नाल गलबात की जिन्होंने सानू चौहान गोल्ड ऑर्नामेंट बारे विस्तार नाल जानकारी दी। आओ लैके चलते हैं तुहानू चौहान गोल्ड ऑर्नामेंट पट्टी। दर्शकों, पंजाब प्लस चैनल से तुहाडा स्वागत है। अज्ज असीं आए चौहान गोल्ड ऑर्नामेंट वल, जिहड़े कि पट्टी विखे अपने सेवावां दे रहे हैं। 1914 दे सन दे उत्तों लग्गा इह बूटा, जिहड़ा कि शानदार पेड़ का रूप धारण करके अज्ज लोगों के लिए एक आस्था का केंद्र बनया। जिहड़े लोग चाहे वह NRI वीर ने, चाहे वह बाहरलियां स्टेटां दे विच ने, बहुत दूर दूर तक चौहान वालों के जिहड़े हैगी आ क्लाइंटेज हैगी आ। गल कर रहे हैं बापू जी दे नाल। बापू जी, स्वागत है तुहाडा साडे स्पैशल शो 'च। सत श्री अकाल जी। बापू जी, किवें 1914 सन तो सब तो पुराना जिहड़ी हैगी आ ये क्लाइंटेज आ तुहाडी, और बजुर्गों ने पहला ये सेवा की, उस तो बाद आके हुण चौथियों पीढ़ियां तुहाडे कोल आ रही ने, और शुद्धता और प्योरिटी और वो जिस तरीके बिहेवियर तुहाडा कि तुहाडे जिवें फैमिली मैंबर ही बने हुए ने, ग्राहक की कहना चाहोगे? ਹਾਂਜੀ, ਬੱਚੇ ਕੰਮ ਕਰਦੇ ਆ ਜੀ ਬਹੁਤ ਵਧੀਆ, ਅਤੇ ਗਾਹ ਵੀ ਕਰਦੇ ਰਹਿਣਗੇ। ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਰਿਲੇਸ਼ਨ ਤੁਹਾਡੇ ਨਾਲ ਘਰ ਘਰੇਲੂ ਰਿਲੇਸ਼ਨ ਬਣ ਗਏ, ਮਤਲਬ ਜਵੈਲਰ ਦੇ ਤੁਹਾਡੇ ਗ੍ਰਾਹਕ ਜੀ ਜੇ ਪੈਸੇ ਚਾਹੀਦੇ ਤਾਂ ਵੀ ਆਏ ਕਹਿੰਦੇ ਝੁਆਨ ਵਾਲਿਆਂ ਨੂੰ ਦੇ ਦੇ, ਕੋਈ ਚੀਜ਼ ਚਾਹੀਦੀ ਉਹ ਆੜ੍ਹਤੀਆਂ ਕੋਲ ਬਾਹਰ ਜਾਂਦੇ ਕਹਿੰਦੇ ਝੁਆਨ ਵਾਲਿਆਂ ਨੂੰ ਕਹਿ ਦਿਓ ਜਿਹੜੀ ਚੀਜ਼ ਮਰਜ਼ੀ। ਹਾਂਜੀ ਜੀ, ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਬਹੁਤ ਵਧੀਆ ਕੰਮ ਹੈ ਜੀ ਬੱਚੇ ਕਰਨ ਦੇ ਜੀ। ਔਰ ਜਿੱਦਾਂ ਜਿੱਦਾਂ ਹੁਣ ਨਵਾਂ ਦੌਰ ਆ ਗਿਆ, ਤੁਸੀਂ ਬਹੁਤ ਹੀ ਪਿਆਰਾ ਇੱਕ ਸ਼ੋਰੂਮ ਜਿਹੜਾ ਹੈਗਾ ਇਹ ਬਣਾ ਲਿਆ ਇੱਥੇ, ਕਿਉਂਕਿ ਲੋਕ ਸ਼ਹਿਰ ਦੇ ਵਿੱਚ ਜਾਂਦੇ ਆ, ਲੇਕਿਨ ਤੁਸੀਂ ਜਿੱਥੇ ਪਾਰਕਿੰਗ ਦੀ ਜਗ੍ਹਾ ਹੈਗੀ ਆ ਔਰ ਐਟਮੋਸਫੀਅਰ ਵਧੀਆ ਹੈਗਾ, ਉੱਥੇ ਆ ਕੇ ਬਾਹਰ, ਕਿਉਂਕਿ ਤੁਹਾਨੂੰ ਆਪਦੇ ਭਰੋਸਾ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਇੱਥੇ ਵੀ ਸ਼ੋਰੂਮ ਬਣਾ ਲਿਆ। ਹਾਂਜੀ, ਅਸੀਂ ਤਾਂ ਜੀ ਸਾਥੀ ਜਿਹੜੇ ਸਾਡੇ ਨਾਲ ਜੁੜੇ ਆ ਤੁਹਾਡੇ ਅੱਗੇ ਪ੍ਰੇਮੀ, ਉਹਨਾਂ ਦੀ ਕਿਰਪਾ ਨਾਲ ਸਾਰਾ ਕੁਛ ਕੀਤਾ ਜੀ। ਥੈਂਕ ਯੂ ਬਾਬੂ। ਠੀਕ ਹੈ, ਸਤਿ ਸ਼੍ਰੀ ਅਕਾਲ। ਬੇਟਾ, ਇੱਕ ਐਜੂਕੇਸ਼ਨ ਔਰ ਉਹਦੇ ਨਾਲ ਨਾਲ ਇੱਕ ਇੰਸਿਸਟਲ ਜਿਹੜੀ ਸੇਵਾ ਤੁਹਾਨੂੰ ਮਿਲੀ ਹੈਗੀ ਹੈ ਜਵੈਲਰੀ ਦੇ ਵਿੱਚ, ਔਰ ਉਹ ਐਜੂਕੇਸ਼ਨ ਨੂੰ ਲੈ ਕੇ ਤੁਸੀਂ ਕ੍ਰੀਏਟਿਵਿਟੀ ਜਿਹੜੀ ਹੈਗੀ ਹੈ ਇਸ ਸ਼ੋਪ ਦੇ ਵਿੱਚ ਬਣਾਈ ਹੈਗੀ ਆ, ਔਰ ਜਿਸ ਤਰੀਕੇ ਦੇ ਨਾਲ ਬਜ਼ੁਰਗਾਂ ਨੇ ਇਹ ਬੂਟਾ ਲਾਇਆ ਸੀਗਾ, ਜਿਸ ਤਰੀਕੇ ਨਾਲ ਉਹਨਾਂ ਨੇ ਸੇਵਾ ਕੀਤੀ ਸੀਗੀ, ਉਹ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਬਹੁਤ ਹੀ ਪਹਿਲਾ ਸ਼ੋਰੂਮ ਤੁਸੀਂ ਪੱਟੀ ਵਾਸੀਆਂ ਨੂੰ ਔਰ ਆਸ ਪਾਸ ਦੇ ਇਲਾਕੇ ਨੂੰ ਦਿੱਤਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੈਂ ਪੰਜਾਬ ਪਲੱਸ ਚੈਨਲ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਹਾਂ ਕਿ ਸਾਡੇ ਨਿੱਕੇ ਜਿਹੇ ਸ਼ਹਿਰ ਦੇ ਵਿੱਚ ਆ ਕੇ ਸਾਡੀ ਤੇ ਸ਼ੋਰੂਮ 'ਤੇ ਚੱਲ ਪਾਏ। ਦੂਜੀ ਗੱਲ ਜੀ, ਤੁਹਾਡੇ ਸਵਾਲ ਦਾ ਇਹ ਜਵਾਬ ਆ ਕਿ 1914 ਬ੍ਰਿਟਿਸ਼ ਇੰਡੀਆ ਦੇ ਵਿੱਚ ਮੇਰੇ ਗ੍ਰੇਟ ਗ੍ਰੈਂਡਫਾਦਰ ਪੜਦਾਦਾ ਜੀ ਨੇ ਕੰਮ ਸਟਾਰਟ ਕੀਤਾ ਸੀ, ਜਿਨ੍ਹਾਂ ਨੂੰ ਕੁਈਨ ਵਿਕਟੋਰੀਆ ਵੱਲੋਂ ਕਾਫੀ ਇਨਾਮ ਮਿਲੇ, ਜਿਹੜੇ ਆਪਣੇ ਹੱਥੀਂ ਕਾਰੀਗਰੀ ਕਰਕੇ ਪੂਰੇ ਜੁਆਇੰਟ ਇੰਡੀਆ ਦੇ ਵਿੱਚ ਉਹਨਾਂ ਨੇ ਬੜਾ ਨਾਮ ਬਣਾਇਆ। ਉਹ ਸਾਡਾ ਸ਼ੋਰੂਮ ਫਤਿਹਾਬਾਦ ਦੇ ਵਿੱਚ ਇੱਕ ਦੁਕਾਨ ਸੀ ਪੁਰਾਣੇ ਤਰੀਕੇ ਦੀ, ਉਦੋਂ ਬਾਅਦ ਮੇਰੇ ਦਾਦਾ ਜੀ ਨੇ ਬਹੁਤ ਕੰਮ ਕੀਤਾ, ਫਿਰ ਮੇਰੇ ਫਾਦਰ ਸਾਹਿਬ ਨੇ, ਅਤੇ ਪੱਟੀ ਦੇ ਵਿੱਚ ਅਸੀਂ ਕੰਮ ਕੀਤਿਆਂ ਨੂੰ ਸਾਨੂੰ 12-13 ਸਾਲ ਹੋ ਗਿਆ। ਅਸੀਂ ਇੱਥੇ ਇੱਕ ਨਵੇਂ ਤਰੀਕੇ ਦਾ ਸ਼ੋਰੂਮ ਬਣਾਇਆ ਜੀ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹਾਲਮਾਰਕ ਤੋਂ ਲਾਇਸੈਂਸ ਲਿਆ, ਆਪਣਾ GST ਰਜਿਸਟ੍ਰੇਟ ਕਰਾਇਆ, ਹਰ ਇੱਕ ਤਰ੍ਹਾਂ ਦਾ ਅਸੀਂ ਸਰਟੀਫਿਕੇਟ ਲਿਆ। ਅਸੀਂ ਇੱਕ ਕਸਟਮਰ ਨੂੰ ਕੁਆਲਿਟੀ ਦਿੰਦੇ ਹਾਂ ਜੀ, ਹਾਲਮਾਰਕ ਪਾਸਟ ਜੂਲਰੀ ਦਿੰਦੇ ਹਾਂ। ਫਿਰ ਪੱਟੀ ਸ਼ਹਿਰ ਦੇ ਵਿੱਚ ਸਾਡੇ ਕੋਲ ਜੀ 2 ਫਰੈਂਚਾਈਜ਼ੀਆਂ ਹੈ ਚੰਡੀਗੜ੍ਹ ਲੈਵਲ ਦੀਆਂ, ਇੱਕ ਜੈਮ ਲੈਬ ਦੀ ਫਰੈਂਚਾਈਜ਼ੀ ਹੈ ਜਿਹਦੇ ਸਰਟੀਫਾਈਡ ਜੈਮ ਸਟੋਨ ਮਿਲਦੇ ਆ USA UK ਕੈਨੇਡਾ ਦੇ। ਸੈਕਿੰਡਲੀ ਸਾਡੇ ਤੋਂ ਗੋਲਡ ਐਂਡ ਸਿਲਵਰ ਬਾਸ ਦੇ ਵਿੱਚ ਫਰੈਂਚਾਈਜ਼ੀ ਆ, ਜਿਹਦੇ ਵਿੱਚ 24 ਕੈਰਟ ਪਾਸਟ ਗੋਲਡ ਮਿਲਦਾ ਹੈ ਔਰ 100% 99.9% ਸਿਲਵਰ ਮਿਲਦੀ ਹੈ। ਬੇਟਾ, ਜਿਸ ਤਰੀਕੇ ਦੇ ਨਾਲ NRI ਵੀਰਾਂ ਦੀ ਜਿਹੜੀ ਲੰਬੀ ਲਿਸਟ ਤੁਹਾਡੇ ਨਾਲ ਅਟੈਚ ਹੈਗੀ ਆ, ਔਰ ਉਹ ਬਾਹਰੋਂ ਹੀ ਕੋਈ ਵਿਆਹ ਹੋਵੇ ਉਹ ਕਹਿੰਦੇ ਝੁਆਨ ਵਾਲਿਆਂ ਨੂੰ ਕਹਿ ਦਿਓ ਸਾਡੀ ਟੈਨਸ਼ਨ ਖਤਮ ਹੈ, ਔਰ ਵੀਡੀਓਗ੍ਰਾਫੀ ਦੇ ਉੱਪਰ ਹੀ ਤੁਸੀਂ ਉਹਨਾਂ ਨੂੰ ਡਿਜ਼ਾਇਨ ਪਸੰਦ ਕਰਾ ਦਿੰਦੇ ਹੋ, ਔਰ ਉਹ ਇੱਥੇ ਆਉਂਦੇ ਆ ਜੇਬਾਂ 'ਚ ਹੱਥ ਪਾ ਕੇ, ਉਹਨਾਂ ਨੂੰ ਬੋਝ ਨਹੀਂ ਹੁੰਦਾ ਕਿ ਜਵੈਲਰੀ ਦਾ ਕੋਈ ਬੋਝ ਹੈਗਾ। ਕੀ ਕਹਿਣਾ ਚਾਹੋਗੇ ਕਿ ਉਹ ਸਾਰਾ ਬੋਝ ਚੁੱਕ ਲੈਂਦੇ ਹੋ ਤੁਸੀਂ, ਔਰ ਚੌਥੀ ਪੀੜ੍ਹੀ ਤੱਕ ਇਹ ਗੱਲਾਂ ਆ ਗਈਆਂ, ਔਰ ਰਿਲੇਸ਼ਨ ਜਿਹੜੇ ਉਹਨਾਂ ਨਾਲ ਇਹੋ ਜਿਹੇ ਬਣ ਗਏ ਕਿ ਉਹ ਫੈਮਿਲੀ ਵਾਂਗੂ ਸਮਝਦੇ? ਸਭ ਤੋਂ ਪਹਿਲਾਂ ਜੀ ਜਦੋਂ ਅਸੀਂ ਇਹ ਕੰਮ ਸਟਾਰਟ ਕੀਤਾ ਉਹਨੂੰ ਔਨਲਾਈਨ ਬਣਾਇਆ, ਅਸੀਂ ਇੰਸਟਾਗ੍ਰਾਮ ਫੇਸਬੁੱਕ ਅਤੇ ਸੋਸ਼ਲ ਮੀਡੀਆ 'ਤੇ ਇਹਦਾ ਪੇਜ ਬਣਾਇਆ। ਜਿਹੜੇ ਸਾਡੇ ਨਾਲ ਵੱਖਰੇ ਵੱਖਰੇ ਕੰਟਰੀਆਂ ਦੇ ਲੋਕ ਜੁੜੇ ਸੀ ਉਹਨਾਂ ਨੂੰ ਇੰਨਾ ਸੌਖਾ ਹੋ ਗਿਆ ਕਿ ਪਹਿਲਾਂ ਉਹਨਾਂ ਨੂੰ ਸਾਡੇ ਤੋਂ ਇੱਥੇ ਇੰਡੀਆ ਵਿਜ਼ਿਟ ਕਰਕੇ ਜੁਐਲਰੀ ਲੈਣੀ ਪੈਂਦੀ ਸੀ, ਹੁਣ ਉਹ ਔਨਲਾਈਨ ਹੀ ਸਾਡਾ ਡਿਜ਼ਾਇਨ ਸਿਲੈਕਟ ਕਰਦੇ ਆ, ਅਸੀਂ ਆਪੇ ਉਹਨਾਂ ਤੋਂ ਪਹੁੰਚਾਉਣ ਦੀ ਗਰੰਟੀ ਲੈਂਦੇ ਹਾਂ। ਦੂਜੀ ਗੱਲ ਜੀ, ਸਾਡੇ ਕੋਈ ਕਸਟਮਰ ਨਹੀਂ ਆ, ਅਸੀਂ ਗੁਰੂ ਰਾਮਦਾਸ ਜੀ ਦੇ ਕਿਰਪਾ ਦੇ ਨਾਲ ਇੱਥੇ ਬੈਠੇ ਹਾਂ, ਸਾਡੇ ਤੋਂ ਜਿਹੜਾ ਬੰਦਾ ਵੀ ਆਉਂਦਾ ਵਾ ਉਹ ਸਾਡਾ ਭਰਾ, ਪਿਤਾ, ਬਜ਼ੁਰਗ, ਮਾਤਾ ਵਾ,
वो सानू कोई भी काम कह असी पैसों की गल पहला उन्होंने नहीं करते असी उन्होंने सेवा ही कर रहे हैं। वीर जी अगर आप गल कर लिए कि ये जी शॉप हैगी ये सिर्फ बंदे दे खरीदने वेले नहीं बंदे नूं अगर मान लो कल लोड़ पै गई क्योंकि गोल्ड जिहड़ा हैगा एक ऐसी चीज़ है जो भी बंदे नूं कोई लोड़ पैंदी है तां गोल्ड जिहड़े सारियां बंदे दियां तकलीफां क्योंकि जिस तरीके दे नाल गोल्ड दा रेट वधदे ने मतलब वह कहिंदे ना पुत्त ते गोल्ड इक्को गल ही हुंदी है पुत्त वी वधदे तां गोल्ड वी और वह जदों तुसीं कोई बंदा मोड़ लैंदा हैगा जां उन्हें कोई तुहाडे तों चेंज करानी है या चीज़ नूं नवें डिजाइन च बदलाना उदों वी तुहाडी मत्थे ते त्योड़ियां नहीं हुंदियां बल्कि तुसीं खुशी खुशी उहनूं अटेंड कर दो। बिल्कुल जी ये तुहाडी सही गल है जी ये चीज़ एक्चुअली असीं अपने बजुर्गों तों सीखी है जी उन्होंने सानूं इक्को गल सिखाई सी कि जड़ी तां तुसीं क्वालिटी देनी है सब तो बेस्ट देनी है और वापसी वेले कदी भी कोई कस्टमर ताड़ी बनी ज्वेलरी वापस करता वा उहदा कंडे ते वेट तुसीं बाद विच करना वा पहला उहदे अगे पैसे धर देने। सैकेंडली जी किसी नूं भी कोई चीज़ की जरूरत पैंदी आ साडे तों सेल करन दी जां साडी ज्वेलरी ते किसी ने गोल्ड लोन कराउणा हुंदा किसी बैंक तों उहनूं पूरे दे पूरे पैसे हर एक बैंक चों मिलदे आ। बेटा की कहना चाहोगे कि तुहाडे कोल भी चांस सीगे नो डाउट तुसीं विजिट कराए बाहर अज जिहड़ा यूथ आ बाहर भज रहा है अगर वो इंडिया दे विच ही कोई नवी क्रिएटिविटी हुण तुसीं इहो जिहा शोरूम बनाता जिन्हों देख के बंदा जदों आऊगा उहदा दिल ही करूगा अंदर खुभ जूगा बंदा और की कहना चाहोगे कि जिहड़े यंग ब्लड आ वो प्लैन करदे पए आ इंडिया अपना खाली हो रहा पंजाब खाली हो रहा की कहना चाहोगे कि आने वाले समय दे विच लोगों नूं सोचना पऊगा जिस तरीके हुण आपदी सरकार आ गई है एक ईमानदार सरकार जिन्हों आपां मानदे हैगे आ और वो नाल नाल चीज़ा जी है सारिया हम बंदा तहसील आता उन्होंने कोई बोझ नहीं गा उ कोई रिश्वतदा नहीं गा समा तो वो रजिस्ट्रियां मिलने लग गई हर चीज़ जी है पॉजिटिव होंगी जा रही है और इंडिया के पंजाब भी पॉजिटिव हो जाएंगे कोई नहीं माड़े समय बड़े लंघाए आ। जो जी मैं स्टडी करता हाँ मैं एक नैशनल लैवल का बास्केटबॉल प्लेयर हाँ जी मैं आराम के नाल गवर्नमेंट जॉब मिल सकती सी इतने भी पर मेरे फैमिली ने मैनू यही कहा कि तुसी फॉरन जाके अपना बिजनेस सैट करो हौली हौली तरीके दे नाल उदों बाद जी मैं एक एहो जी चीज़ चाहुंदा कि मैं अपनी हत्थी मेहनत करके कोई एहो जिहा काम करा जिहदे नाल साडे परिवार दा काम ना बने और जिहड़े साडे निक्के जे शहर आ उहदे शहर वासियां नूं एक चंडीगढ़ अमृतसर लुधियाने वर्गे शहरां च जाण दी लोड़ ना बने उहनां नूं सारी सहूलत साडे कोल मिले उहदे करके जी मैं ये हत्थी पहला मेहनत की आ 8-10 साल ये चीज़ में सीखिया वा चंगी तरह काम किया वा हजे कि मेरे अपना सारा कुछ हैगा ही पर फिर भी मैं ये नॉलेज लैके इतने बैठा वा हुण मैं सारिआं नूं यही मैसेज देना चाहुंदा वा तुसीं बाहर जाना है तुसीं बाहर जाओ काम करो पर उदों पहला तुहाडे इत्थे सब कुछ हैगा है तुसीं एक ही चीज़ ना करो हरेक चीज़ किसी वाले वेख के नवी चीज़ लियाओ अपने बजुर्गों का इतने ना बनाओ तुहानूं बाहर जाने की लोड़ ही ना पवे। बेटा डायमंड जिहड़ा कि एक सिर्फ विश्वास के उत्ते हुंदा क्योंकि डायमंड की नॉलेज तो बिल्कुल किसी नूं नहीं हुंदी उहदे च भी तुहाडा नंबर हैगा उहदे बारे की कहना चाहोगे? डायमंड दे विच जी असीं जिहड़ा डायमंड सेल करदे आ ओह ए सी ग्रेड का सेल करदे आ वो एक IGI तो सर्टिफाइड डायमंड हुंदा है जी वो अगर असी पहले ही गाहक नूं जां कस्टमर नूं दस देने आ कि इहदी ज्वेलरी 14 कैरेट हॉलमार्क जां 18 कैरेट दे विच ही बनती है वो गोल्ड का रेट भी 22 कैरेट नालों घट हुंदा है और सैकेंडली जी ये जिहड़ा डायमंड है कल नूं वापसी करनी होवे कोई आम नागनी है कि ये मिट्टी हो जाने आ ये असली हीरे आ इन्हां दा वापसी वेले भी पूरा मुल पैंदा। बेटा तुहाडा सानूं समां देने लई बहुत बहुत धन्यवाद। थैंक यू सो मच जी तुसीं साडे कोल आए असीं तुहाडे वाहियां सर बड़े वधिया वधिया सैट सूट कढ़ा रहे हो किवें चौहान ज्वैलर्स दे नाल तुसीं जुड़े हुए हो? चौहान ज्वैलर नाल मेरा वास्ता लगभग 10 महीने पहला दा पिया वा ते इन्हां 10 महीनों च मैं इन्हां तों एटलीस्ट 7 या 8 आइटमां खरीद चुके हां मतलब हर महीने कोई ना कोई प्यार भी आ रिलेशन इन्हां दे बहुत अच्छे ने गल करन दा तरीका फिर गोल्ड दी ये नहीं कहा कि किसी को देता तो असं ले लिया बकायदा असं चैक भी कराया उन्होंने किसी जगह तो जाके कि कितने झूठ तो नहीं गोल्ड दे फिर उस जी मैं रिंग इन्हें को मैं 7 रिंग्स लैके जा चुका इन्हें को उस तो अलावा 1-2 किटी सैट काफ़ी मैं 4-5 जोड़ दोपहर इन्होंने को लेके जा चुके 10 महीने से तो उस रिंग्स की मैं इन्होंने मैं दसिया कि ये असी ना सिर्फ हॉलमार्क देवे पर तुम असी एक यूनीक ID नंबर भी देवे वो तुम नैट पर पाओ वो पूरी डिटेल आ जाती है आ रिंग इन्होंने बनाई वह की वेट है तो की नहीं वेट है सो प्योरिटी के नाल नाल एक विश्वास भी सानू मिलता वा तां करके बार बार इन्हें को आई सर सब तो वड्डी गल है कि तुसीं सारे रिलेटिव्स नूं 10 महीनों के
ਇਹਨਾਂ ਦੇ ਨਾਲ ਆਪਣੀ ਚੇਨ ਜਿਹੜੀ ਬਣਵਾਤੀ ਹੈਗੀ ਰਿਸ਼ਤੇਦਾਰਾਂ ਦੀ, ਕੋਈ ਵੀ ਰਿਸ਼ਤੇਦਾਰ ਦੀ ਕੋਈ ਪ੍ਰੋਬਲਮ ਹੁੰਦਾ, ਜਿਵੇਂ ਪਿੱਛੇ ਜੇ ਤੁਹਾਡੇ ਮੈਰਿਜ ਸੀਗੀ ਉਦੋਂ ਵੀ ਸਾਰੇ ਇਹਨਾਂ ਨੇ ਤੁਸੀਂ ਪਰਚੇਜ਼ ਕਰਾਈ? ਹਾਂਜੀ ਹਾਂਜੀ ਬਿਲਕੁਲ, ਮੈਂ ਨਾ ਸਿਰਫ ਆਪਣੀ ਮੈਰਿਜ ਲਈ ਬਲਕਿ ਆਪਣੀ ਸਿਸਟਰ ਦੀ ਮੈਰਿਜ ਲਈ ਵੀ ਬਾਅਦ 'ਚੋਂ ਇਹਨਾਂ ਕੋਲ ਪਰਚੇਜ਼ ਕੀਤਾ ਸੀਗਾ, ਅਤੇ ਹਰ ਮਹੀਨੇ ਮੈਨੂੰ ਕੋਈ ਇੱਕ ਅੱਧੀ ਆਈਟਮ ਪਿਆ ਰਹੀ ਨਾ, ਵਾ ਕਦੀ ਆਈਟਮ ਵਾ ਅਤੇ ਮਤਲਬ ਚੀਜ਼ ਫੜਾ ਦਿੰਦੇ ਕੋਲ, ਸਰ ਪੇਮੈਂਟ ਜਦੋਂ ਮਰਜ਼ੀ ਆ ਜਾਏਗੀ, ਫਿਰ ਹੁਣ ਇਹੋ ਜਿੰਨਾ ਪਿਆਰ ਹੋਏਗਾ ਤਾਂ ਫਿਰ ਨਾਮ ਨਹੀਂ ਹੁੰਦੀ, ਨਾਲ ਇਸ ਬਣੀ ਚੀਜ਼ ਲਈ ਵੀ ਜਾਂਦੀ ਆ। ਅਸੀਂ ਉਹਦੀ ਕਿੱਟੀ ਸਕੀਮ ਵੀ ਹੈਗੀ ਆ, ਉਹ 'ਚ ਵੀ ਅਸੀਂ ਮੈਂਬਰ ਹੈਗੇ ਹਾਂ, ਹਰ ਮਹੀਨੇ ਨੂੰ ਪੇਮੈਂਟ ਦੇ ਦਈਦੀ ਆ, ਲਾਸਟ 'ਤੇ ਸਾਨੂੰ ਕੁਛ ਡਿਸਕਾਊਂਟ ਵੀ ਮਿਲਦਾ, ਮੇਕਿੰਗ ਚਾਰਜਸ ਵਗੈਰਾ ਦੇ ਉਹ ਵੀ ਅਸੀਂ ਲੈ ਲੈਂਦੇ ਹਾਂ, ਮਤਲਬ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਜੁੜੇ ਰਹੀਦਾ ਵਾ, ਚੀਜ਼ ਵੀ ਪਿਓਰ ਮਿਲਦੀ ਆ ਅਤੇ ਪ੍ਰਾਈਜ਼ ਵੀ ਇਹਨਾਂ ਦਾ ਬਿਲਕੁਲ ਜੈਨੂਇਨ। ਮਤਲਬ ਰਿਲੇਟਿਵਸ ਨੂੰ ਵੀ ਨਾਲ ਕਰ ਰਹੇ, ਉਹਨਾਂ ਨਾਲ ਖਿੱਚ ਰਹੇ ਹੋ ਵੀ ਤੁਸੀਂ? ਬਿਲਕੁਲ 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 ਬਿਲਕੁਲ, ਨਾ ਸਿਰਫ ਰਿਲੇਟਿਵਸ ਨੂੰ, ਫਰੈਂਡਸ ਨੂੰ ਵੀ। ਅੱਜ ਵੀ ਮੇਰੇ ਦੋ ਫਰੈਂਡ ਮੇਰੇ ਨਾਲ ਆਏ ਨੇ, ਫਿਰ ਅਸੀਂ ਕੁਝ ਪਰਚੇਸ ਕਰਨਾ, ਮੈਂ ਕਿਹਾ ਚਲੋ ਚੱਲਦੇ ਹਾਂ ਸਾਨੂੰ ਨਵੇਂ ਲੈ ਲੈਣ। ਸਾਡੇ ਕੋਲ ਇਸ ਸ਼ਹਿਰ ਦੇ ਵਿੱਚ ਜੀ ਕੁੰਦਨ ਦੀ ਫਰੈਂਚਾਈਜ਼ੀ ਆ, ਜਿਹਦੇ ਵਿੱਚ ਗੋਲਡ, ਸਿਲਵਰ, ਬ੍ਰਿਕਸ, ਬਾਰਸ, ਬੇਬੀ ਕੋਇਨਸ, ਹਰ ਇੱਕ ਚੀਜ਼ ਮਿਲਦੀ ਆ, ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਵਿਖਾ ਰਿਹਾ ਜੀ। ਇਹ ਸਿਲਵਰ ਦੀ 99.9% ਪਿਓਰਟੀ ਦੀ 1 kg ਦੀ ਫਾਈਨ ਸਿਲਵਰ ਦੀ ਬ੍ਰਿਕ ਹੈ ਜੀ। ਆਹ ਵੇਖੋ, ਇਹਨੂੰ ਤੁਸੀਂ ਆਪਣੀ ਇਨਵੈਸਟਮੈਂਟ ਦੇ ਲਈ ਵੀ ਰੱਖ ਸਕਦੇ ਹੋ, ਯੂਜ਼ ਕਰ ਸਕਦੇ ਹੋ, ਇਸ ਨੂੰ ਤੁਸੀਂ ਕੋਈ ਚੀਜ਼ ਕਿਤੇ ਵੀ ਦੇ ਕੇ ਬਣਵਾ ਸਕਦੇ ਹੋ, ਅਮੈਰੀਕਾ, ਕੈਨੇਡਾ, ਡੁਬਈ। ਇਹ ਪ੍ਰੋਪਰ ਫਾਈਨ ਸਿਲਵਰ ਹੈ ਜੀ, ਇਹਦੇ ਵਿੱਚ ਸਾਡੇ ਤੋਂ ਹਰੇਕ ਤਰ੍ਹਾਂ ਦੀ ਵਰਾਇਟੀ ਹੈ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਸਾਡੇ ਤੋਂ ਜੁਐਲਰੀ ਬਣਾਓ, ਤੁਸੀਂ ਸਾਡੇ ਤੋਂ ਗੋਲਡ, ਸਿਲਵਰ, ਬਾਰ, ਬ੍ਰਿਕਸ ਵੀ ਖਰੀਦੋ। ਇਹ 250 grams ਦੀ, ਇਹਦੇ ਨਾਲ ਨਾਲ ਇਹ ਬੇਬੀ ਕੋਇਨਸ ਆ ਜੀ, ਜੇ ਕਿਸੇ ਦੇ ਘਰ ਬੇਬੀ ਬੋਰਨ ਹੋਇਆ ਹੈ, ਤੁਸੀਂ ਉਹਨੂੰ ਗਿਫਟ ਦੇਣਾ ਹੋਵੇ, ਇਹਦੇ ਵਿੱਚ ਬਹੁਤ ਵਰਾਇਟੀ ਆ ਸਾਡੇ ਤੋਂ। ਇਹ ਵੇਖੋ ਜੀ, ਇਹ 24 carat ਫਾਈਨ ਪਿਓਰ ਗੋਲਡ ਹੈ ਜੀ, ਇਹ ਤੁਸੀਂ ਕਿਤੇ ਵੀ ਦੇ ਕੇ ਕੋਈ ਵੀ ਚੀਜ਼ ਬਣਾ ਸਕਦੇ ਹੋ, ਇਹਦੀ ਕੋਈ ਕਟੇਜ ਨਹੀਂ ਹੋਊਗੀ, ਕਿਤੇ ਵੀ ਕੋਈ ਕਟੇਜ ਨਹੀਂ ਹੋਊਗੀ, ਬਕਾਇਦਾ ਇਹ ਸਰਟੀਫਾਈ ਫਾਈਨ ਆ। ਅੱਗੇ ਜੀ ਚਾਂਦੀ ਦੇ ਵਿੱਚ ਆਪਣੇ ਬਰਤਨ ਆ ਜੀ, ਇਹਦੇ ਵਿੱਚ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੋਵੇ, ਵਾਈਨ ਗਲਾਸਿਸ ਆ, ਮਿਲਕ ਗਲਾਸਿਸ ਆ, ਪਲੇਟਸ ਆ, ਹਰ ਇੱਕ ਚੀਜ਼ ਇਹਦੇ ਵਿੱਚ ਹੈਗੀ ਆ, ਇਹ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਡੇਲੀ ਯੂਜਸ ਲਈ। ਇਸ ਤੋਂ ਬਾਅਦ ਜੀ ਸਾਡੇ ਤੋਂ ਰਿਲੀਜੀਅਸ ਦੇ ਵਿੱਚ ਹਰ ਇੱਕ ਧਰਮ ਦੀ ਸਾਡੇ ਕੋਲ ਮੂਰਤੀ ਹੈ, ਸਿੱਖ ਧਰਮ ਦੇ ਸਾਡੇ ਤੋਂ ਕੋਇਨਸ ਹੈ, ਮੁਸਲਿਮ ਧਰਮ ਦੇ ਸਾਡੇ ਤੋਂ ਸਾਰੇ ਚਿੰਨ੍ਹ ਹੈ। ਜਿਹੜੀ ਵੀ ਚੀਜ਼ ਤੁਸੀਂ ਲੈਣਾ ਚਾਹੋ ਸਾਡੇ ਤੋਂ ਹਰ ਵਕਤ ਅਵੇਲੇਬਲ ਮਿਲੇਗੀ ਜੀ ਤੁਹਾਨੂੰ, ਤੁਹਾਨੂੰ ਚੰਡੀਗੜ੍ਹ, ਲੁਧਿਆਣੇ ਜਾਣ ਦੀ ਲੋੜ ਨਹੀਂ ਪਊਗੀ, ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ।